ਜਿੰਨਾ ਤੁਸੀਂ ਖੁਦਾ ਦੇ ਕਲਾਮ ਚ ਅੱਗੇ ਵਧੋਗੇ ਓਨੀ ਤੁਹਾਨੂੰ ਬਰਕਤ ਉਸਕੀ ਆਪ ਜਾਣਤੇ ਹੈ ਅਬ ਕਿਆ ਹੋ ਰਹਾ ਹੈ ਮੈਂ ਆਪਕੋ ਕਲਾਮ ਸੁਣਾ ਰਹਾ ਹੂੰ ਜੈਸੇ ਮੈਂ ਖਿਦਮਤ ਕਰਤਾ ਹੂੰ ਇਸਕੇ ਬਾਰੇ ਮੈਂ ਸੋਚੇ ਕਿਆ ਆਪਨੇ ਕਭੀ ਕਿਸੀ ਚੀਜ਼ ਕੋ ਔਰ ਉਸਨੇ ਹਮੇ ਕਲਾਮ ਦਿਆ ਹੈ ਕਿ ਨਾ ਸੁਨੇ ਹੋ ਕੋ ਸੁਨਾਏ ਖੁਸ਼ਖਬਰੀ ਪੂਰੀ ਦੁਨੀਆ ਕੇ ਲੀਏ ਖੁਦਾ ਕੀ ਤਰਫ ਸੇ ਯੇ ਪੈਗਾਮ ਔਰ ਉਸਕੇ ਨਾ ਤਮਾਮ ਕਲਾਮ ਨੇ ਦੁਨੀਆ ਕੇ ਲੱਖੋਂ ਲੋਗੋ ਕੇ ਜੀਵਨ ਕੋ ਤਬਦੀਲ ਕੀਆ ਹੈ ਔਰ ਬਹੁਤੋਂ ਕੇ ਜੀਵਨ ਮੇਂ ਬਿਹਤਰੀ ਪੈਦਾ ਕੀ ਹੈ ਜੋ ਖੁਦਾ ਕੇ ਬੰਦੇ ਸੇ ਹੁਏ ਹੈ हमने डिश लगवाई है उससे हमें बहुत ज़्यादा फ़ायदे हैं हमारे बच्चे टीवी देखते हैं उससे खुदावंद की प्रस्तुति करते हैं वो सुबह उठते हैं गीत सुनते हैं खुदावंद का कलाम सुनते हैं और उससे हम लोग बरकत पाते हैं हेवन टीवी देखते रहेंगे पास्टर क्विज का पैगाम सुनते रहेंगे और उससे बरकत पाते रहेंगे दुआ है जिन घरों में ये डिश नहीं है ये टीम उन घरों में जाए और ये तोहफा उनको दे और वो भी खुदावंद का पैगाम सुने और बरकत पाए आमीन जब हमारे घर में डिश नहीं लगी थी तो हमारे तक खुदावन का कलाम नहीं पहुंचता था अब हमारे घर में डिश लगी है खुदावन का कलाम हम सुनते हैं और खुदावन से हम बरकतें हासिल करते हैं और हमारी ज़िंदगियां चेंज हो गई हैं मेरा नाम शदीक मसीह है मैं चक नंबर 296 गाबे में रहता हूँ पहले हमारे घर में कोई डिश वगैरह नहीं थी और हमारे पास्टर हजरात भी कभी कभी गमी खुशी के पे ही आते हैं यहाँ पे इसलिए हम मसीह तलीम से काफ़ी दूर रहते हैं हमें अक्सर मसीह तलीम मिलती ही नहीं है हमारे घर डिश नहीं थी इसकी वजह से हम इस तलीम से महरूम रहते थे और अब जबकि हमारे घर में डिश लग रही है तो इस डिश के वसीला से हम खुदा के नज़दीक जाएंगे खुदा के कलाम को सुनेंगे उसके प्रोग्रामों को देखेंगे मुख्तलिफ को तो हमारी ज़िंदगी तब्दील होगी हमारे बच्चे मसीही तलीम को सीखेंगे और आगे बढ़ेंगे और इस डिश से हमें काफ़ी ज़्यादा मसीही तलीम मिलेगी और हम मसीहत में आगे बढ़ेंगे और इस डिश से हमारी ज़िंदगियां तब्दील होंगी
اور ہم مسیح زندگی گزارنا شروع کریں گے، مسیح کی تعلیم کو حاصل کریں گے۔ خدا اس ٹیم کو اور بھی زیادہ برکت دے اور بہت زیادہ ہم روحانیت میں بڑھیں، لوگ جن کے گھروں میں ڈشیں نہیں لگیں وہ بھی لگوائیں اور خدا کا کلام سنیں اور خدا کو جانیں پہچانیں اور آگے بڑھتے چلے جائیں۔ ਦਰਦਾ ਗੁਲਾਮ ਬਣ ਜਾਵੀ ਤੂੰ, ਉਹਦੇ ਨਾਂ ਦਾ ਹੀ ਝੰਡਾ ਲਹਿਰਾਵੀ ਤੂੰ, ਉਹਦੇ ਦਰਦਾ ਗੁਲਾਮ ਬਣ ਜਾਵੀ ਤੂੰ, ਉਹਦੇ ਨਾਂ ਦਾ ਹੀ ਝੰਡਾ ਲਹਿਰਾਵੀ ਤੂੰ। ਵਿੱਚ ਆਰਿਆਂ ਦੇ ਭਾਵੇਂ ਚਿਰ ਜਾਵੇ, ਵਿੱਚ ਆਰਿਆਂ ਦੇ ਭਾਵੇਂ ਚਿਰ ਜਾਵੇ, ਅਸੀਂ ਨੀ ਕੁਝ ਹੋਰ ਜਾਣਦੇ, ਅਸੀਂ ਨੀ ਕੁਝ ਹੋਰ ਜਾਣਦੇ। میں آپ لوگوں کا شکریہ ادا کرتی ہوں کہ آپ نے ہمارے گھر میں ڈش لے کے آئے تاکہ ہم اس سے بہت کچھ سیکھیں، جو کچھ ہم ڈشیں سیکھیں گے وہ بچوں کو بھی سکھائیں گے۔ میں سنڈے اسکول کی ٹیچر ہوں، جو کچھ میں ڈشیں سیکھوں گی مسیح چینل سے وہ میں بچوں کو بھی سکھاؤں گی، اور آپ لوگوں کا بہت شکریہ۔ جن گھروں میں نہیں ہیں خدا ان آپ کو زیادہ توفیق دے تاکہ ان گھروں میں بھی آپ ڈش پہنچائیں، جن کے وسیلے سے وہ بھی خدا کی برکت حاصل کریں۔ ਦੁਆਵਾਂ ਕਰੀ ਦੀਆਂ ਸੁਣੀ ਦੀਆਂ ਵਾਂ। ਮੇਰੇ ਪਤਰੀ ਸੀਗੀ, ਮੈਂ ਆਪਣੀ ਇਮਾਨ ਦੇ ਨਾਲ ਅਤੇ ਆਪਣੇ ਇੱਥੇ ਵੀ ਤੇਲ ਪਾਣੀ ਵੀ ਰੱਖ ਕੇ ਇਸਤੇਮਾਲ ਕਰਕੇ ਅਤੇ ਸ਼ੁਕਰ ਆ ਖੁਦਾ ਦਾ ਬਹੁਤ ਸਾਰਾ ਬਣਿਆ। ਜਦੋਂ ਦੀ ਡਿਸ਼ ਲੱਗੀ ਅਸੀਂ ਲਵਾਈ ਇਸੇ ਕੰਮ ਲਈ ਦੁਆ ਲਈ ਅਤੇ ਖੁਦਾ ਦਾ ਬਹੁਤ ਲੱਖ ਲੱਖ ਵਾਰੀ ਸ਼ੁਕਰ ਅਦਾ ਕਰਦੇ। ਉਹ ਪੱਥਰੀ ਤੁਸੀਂ ਦੁਆ ਕਰਾਈ ਤੇਲ ਪਾਣੀ ਪੀਤਾ ਠੀਕ ਹੋ ਗਈ? ਹਾਂਜੀ। ਉਹਦੀ ਵਜ੍ਹਾ ਨਾਲ ਪੱਥਰੀ ਨਿਕਲ ਗਈ? ਹਾਂਜੀ, ਕੋਈ ਪਤਾ ਹੀ ਨਹੀਂ ਹੈਗਾ ਪੱਥਰੀ ਦਾ। ਠੀਕ ਹੈ, ਹੁਣ ਤੁਸੀਂ ਬਿਲਕੁਲ ਠੀਕ ਹੋ? ਹਾਂਜੀ। ਖੁਦਾ ਇਹ ਕਿੰਨੇ ਤੁਹਾਨੂੰ ਸ਼ਿਫਾ ਦਿੱਤੀ ਹੈ? ਸਾਨੂੰ ਖੁਦਾ ਨੇ, ਯਿਸੂ ਮਸੀਹ। ਆਮੀਨ ਆਮੀਨ, ਹਾਲੇਲੂਇਆ, ਹਾਂਜੀ, ਪ੍ਰੇਜ਼ ਦਾ ਲਾਰਡ। ਹਾਂਜੀ, ਬਹੁਤ ਸ਼ੁਕਰੀਆ ਜੀ ਇਹ ਟੀਮ ਦਾ ਜਿਹਨੇ ਸਾਡੇ ਘਰ ਡਿਸ਼ ਲਾਈ ਆ। ਅਤੇ ਪਹਿਲੇ ਸਾਡੇ ਬੱਚੇ ਡਰਾਮੇ ਵੇਖਦੇ ਸੀ, ਗਾਣੇ ਗੁਣੇ ਸੁਣਦੇ, ਚਲੋ ਜ਼ਿਆਦਾ ਡਰਾਮੇ ਵੇਖਦੇ ਸੀ। ਹੁਣ ਸਾਡੇ ਬੱਚੇ ਕਦੇ ਵੀ ਡਰਾਮੇ ਵੱਲ ਨਹੀਂ ਜਾਂਦੇ, ਹੁਣ ਆਪਣੇ ਦੇਸ਼ ਦੇ ਟੇਸ਼ਨ ਜਿਹੜੇ ਨੇ ਮਸੀਹ ਟੇਸ਼ਨ ਹੀ ਚਲਾਉਂਦੇ ਆ, ਦੂਸਰੇ ਨਹੀਂ ਚਲਾਉਂਦੇ। ਅਤੇ ਇਹਦੇ ਨਾਲ ਬੜੀਆਂ ਬਰਕਤਾਂ ਮਿਲੀਆਂ ਜੀ, ਬੜੀ ਜਿਹੜੇ ਜਿਹੜੇ ਕੰਮ ਵੀ ਉਹਦੇ ਅੱਗੇ ਬਹਿ ਕੇ ਦੁਆ ਕਰੀਏ ਅਤੇ ਉਹ ਹੁੰਦੇ ਨੇ। ਠੀਕ ਹੈ, ਇਹ ਬੜੀ ਮਸੀਹ ਦੀ ਰਹਿਮਤ ਆ ਸਾਡੇ 'ਤੇ। ਅਤੇ ਇਹੋ ਮਸੀਹ ਦਾ ਜਦੋਂ ਕਲਾਮ ਸੁਣਨੇ ਆ ਉਹ 'ਤੇ ਅਮਲ ਕਰਨੇ ਆ ਜੀ, ਬੜੀ ਰਹਿਮਤ ਆ ਤੁਹਾਡੇ ਲਾਉਣ ਵਾਲਿਆਂ 'ਤੇ ਵੀ ਅਤੇ ਸਾਡੇ ਵੇਖਣ ਵਾਲਿਆਂ 'ਤੇ ਵੀ। ਬੜੀ ਮਸੀਹ ਆਪਣੀ ਰਹਿਮਤ ਕਰ ਲਓ। ਪੰਜ ਤੋਂ ਪੰਦਰਾਂ ਤੱਕ। ਠੀਕ ਹੈ, ਠੀਕ ਹੈ। ਅੱਗੇ ਪੰਜ ਸੀ, ਹੁਣ ਪੰਦਰਾਂ। ਠੀਕ ਹੈ, ਇੰਨੇ ਜਾਣਿਆ ਹਰ ਬੰਦਾ ਜਾਣਨ ਲੈ ਗਿਆ। ਠੀਕ ਹੈ, ਠੀਕ ਹੈ। ਬੱਚੇ ਵੀ, ਸਿਆਣੇ ਵੀ, ਬੁੱਢੇ ਵੀ, ਸਾਰੇ ਦਿਨ ਆ ਗਏ ਇੱਥੋਂ ਤੱਕ। ਠੀਕ ਹੈ, ਠੀਕ ਹੈ। ਨਹੀਂ ਤਾਂ ਪਹਿਲੂ ਤਾਂ ਉਹਦੀ ਨਹੀਂ ਸੀ, ਪਤਾ ਹੀ ਨਹੀਂ ਸੀ ਲੋਕ, ਸਾਡੇ ਨੂੰ ਤਾਂ ਪਤਾ ਹੀ ਨਹੀਂ ਸੀ ਵਿਚਾਰਿਆਂ ਨੂੰ। ਠੀਕ ਹੈ, ਠੀਕ। ਸਾਡੇ ਵਕਤ ਦੇ ਵਿੱਚ ਕੁਛ ਵੀ ਨਹੀਂ ਸੀਗਾ। ਠੀਕ ਹੈ, ਠੀਕ ਹੈ, ਠੀਕ ਹੈ। ਮੇਰੀ ਉਮਰ 70-75 ਸਾਲ ਦੀ ਹੋ ਗਈ ਹੈ। ਠੀਕ ਹੈ, ਠੀਕ ਹੈ। ਅਤੇ ਮੈਂ ਤੁਹਾਨੂੰ ਦੱਸਦਾ ਕਿ ਸਾਡੇ ਵਕਤ ਦੇ ਵਿੱਚ ਐਵੇਂ ਨਾ 6-4 ਜੇ ਜਾਣਦੇ ਸੀ, ਕੰਮ ਨਹੀਂ ਗਰਜ ਸੀ, ਆਏ ਤਾਂ ਕਿਤੇ ਵੱਡਾ ਦਿਨ ਵੀ ਕਿਤੇ ਪੜ ਜਾਣਾ, ਕਦੇ ਨਾ ਹੀ ਪੜ੍ਹਨਾ ਕਿਸੇ ਨੇ। ਉਹ ਮਸੀਹਤ ਦੀ ਰੋਸ਼ਨੀ ਕਿਸ ਤਰ੍ਹਾਂ ਆਈ ਹੈ ਕਹਿੰਦੇ ਲੋਕਾਂ ਦਾ ਜੀ? ਇਹ ਕੁਛ ਨਾ, ਆ ਜਿਹੜੇ ਚੱਲੇ ਨਾ ਸੁਝਾਅ ਟੀ ਵੀ, ਅਜਕ ਟੀ ਵੀ, ਇਹਦੀ ਵਜ੍ਹਾ ਨਾਲ ਆਏ ਬਹੁਤ ਸਾਰੀ ਰੋਸ਼ਨੀ। ਠੀਕ ਹੈ, ਠੀਕ ਹੈ। ਰਾਤ ਦਿਨ ਜਦੋਂ ਵਹਿੰਦੇ ਹੀ ਉਹ ਤਾਂ ਫਿਰ ਇਹੋ ਹੀ ਹਰ ਵੇਲੇ ਦਿਲ ਦੇ ਵਿੱਚ ਇਹੋ ਹੀ ਗੱਲ ਰਹਿੰਦੀ। ਠੀਕ ਹੈ, ਠੀਕ ਹੈ। ਅਤੇ ਸਾਡਾ ਮਸੀਹ ਜੋ ਕੁਛ ਕਰੂਗਾ ਮਸੀਹ ਨੇ ਕਰਨਾ ਸਾਨੂੰ। ਠੀਕ ਹੈ, ਠੀਕ ਹੈ। ਤਾਂ ਨਹੀਂ ਤਾਂ ਸਾਡੇ ਵਕਤਾਂ 'ਚ ਕੁਛ ਵੀ ਨਹੀਂ ਸੀ, ਇੰਨੇ ਸੀ ਬਸ, ਕੁਛ ਵੀ ਨਹੀਂ ਸੀ, ਐਵੇਂ 6-4 ਦੇ ਬਸ, ਉਹਦੇ ਨਾਂ ਦੇ ਸੀਗੇ, ਨਾਂ ਦੇ ਐਵੇਂ ਵੀ ਅਸੀਂ ਮਸੀਹ ਹਾਂ।
ਹੁਣ ਹਰ ਬੰਦਾ ਹੀ ਜੀ ਜਾਣਦਾ ਇਸ ਗੱਲ ਨੂੰ, ਹਰ ਬੰਦਾ ਹੀ ਜਾਣਦਾ, ਕੋਈ ਸੋਚ ਹੋਊ ਜਿਹੜਾ ਅਸਲ ਗਮਲਾ ਹੋਊ ਜਿਹਨੂੰ ਨਾ ਪਤਾ ਹੋਵੇ, ਤਾਂ ਨਹੀਂ ਤਾਂ ਹਰ ਬੰਦਾ ਜਾਣਦਾ। ਠੀਕ, ਜਾਣੀ ਕਿ ਟੀ ਵੀ ਸਟੇਸ਼ਨਾਂ ਦੀ ਵਜ੍ਹਾ ਨਾਲ ਲੋਕਾਂ 'ਚ ਤਬਦੀਲੀ ਆਈ, ਲੋਕਾਂ ਦੇ ਘਰਾਂ ਦੇ ਵਿੱਚ ਵੀ, ਬਾਹਰ ਵੀ, ਘਰ ਵੀ, ਹਰ ਥਾਂ 'ਤੇ ਰੋਸ਼ਨੀ ਹੈ। ਠੀਕ, ਅੱਲਾਹ ਤੁਹਾਨੂੰ ਇਹਦੇ ਵੀ ਕਾਮਯਾਬ ਕਰੇਗਾ, ਅੱਲਾਹ ਵੀ ਉੱਚਿਆ ਕਰੇ ਤੁਹਾਨੂੰ ਇਸ ਮੁਸੀਬਤ ਦੇ ਵਿੱਚ, ਅੱਲਾਹ ਮੀਆਂ ਤੁਹਾਨੂੰ ਬਹੁਤ ਦੂਰ ਰੱਖਣਾ। ਠੀਕ, ਅੱਲਾਹ ਅੱਲਾਹ ਜਿਹੜੇ ਲੋਕ ਇਸ ਕੰਮ ਬਦਲੇ ਫਿਰਦੇ ਆ ਨਾ, ਉਹਨਾਂ ਨੂੰ ਜ਼ਿਆਦਾ ਜ਼ਿਆਦਾ ਮਸੀਹ ਤੱਕ, ਰਾਤ ਵੀ ਅਤੇ ਦਿਨ ਵੀ ਲਾ ਕੇ ਸੁਣਦੇ ਆ, ਅਤੇ ਬਹੁਤ ਦੂਰ ਤੱਕ ਅਮਾਨ ਹੀ ਹੋ ਸਕਦਾ। ਅਸੀਂ ਇਹਨੇ ਸਾਨੂੰ ਇਹੋ ਹੀ ਬਸ ਰੋਟੀ ਨਾਲ ਸਾਨੂੰ ਇਹ ਬਿਹਤਰ ਇੱਥੋਂ ਤੱਕ ਸਾਡੀ ਤਾਂ ਨਹੀਂ ਇਹ। ਡਿਸ਼ ਸਰਦੀਆਂ ਦੀ ਇਸ ਲਈ ਲਵਾਈ ਹੈ ਕਿ ਖੁਦਾ ਦੇ ਨਾਂ ਨੂੰ ਜਲਾਲ ਮਿਲੇ, ਖੁਦਾ ਦੇ ਟੇਸ਼ਨ ਚੱਲਣ, ਬੇਦਾਰੀ ਆਵੇ, ਬੱਚੇ ਨਈ ਦੁਨੀਆਂ 'ਚ ਨਈ ਰੋਸ਼ਨੀ ਪੈਦਾ ਹੋਵੇ, ਤਾਂ ਕਿ ਬੱਚੇ ਜਿਹੜੇ ਦੂਸਰੇ ਤਰਫ ਫਿਰਦੇ ਤੁਰਦੇ ਨੇ, ਖਰਾਬ ਹੁੰਦੇ ਨੇ, ਖੁਦਾ ਉਹਨਾਂ ਨੂੰ ਆਪਣੇ ਜਲਾਲ ਨਾਲ ਇਸਤੇਮਾਲ ਕਰੇ। ਇਸ ਵਾਸਤੇ ਲਵਾਈ 24 ਘੰਟੇ ਖੁਦਾ ਦਾ ਕਲਾਮ, ਗੀਤ, ਜ਼ਬੂਰ ਚੱਲਦੇ ਰਹਿਣ, ਤਾਂ ਕਿ ਘਰ 'ਚ ਬੇਦਾਰੀ ਆਵੇ, ਬਰਕਤ ਬਰਕਤ ਮਿਲੇ। ਬਿਲਕੁਲ ਠੀਕ, ਉਦੋਂ ਸਾਨੂੰ ਕਲਾਮ ਨਹੀਂ ਸੀ ਮਿਲਦਾ, ਤਾਂ ਡੇਲੀ ਕਲਾਮ ਨਹੀਂ ਸੀ ਮਿਲਦਾ। ਹੁਣ ਜਦੋਂ ਦੀ ਡਿਸ਼ ਲੱਗੀ ਹੈ, ਕੇਵਲ ਲੱਗੀ, ਆਮ ਖਾਦਮਾ ਦਾ ਕਲਾਮ, ਖੁਦਾ ਦਾ ਕਲਾਮ ਤਾਂ ਇੱਕ ਹੀ ਹੈ, ਲੇਕਿਨ ਇਹ ਡਿਸ਼ ਲੱਗਣ ਨਾਲ ਬੜੀ ਖੁਸ਼ੀ ਹੈ। ਇਹਦੇ ਵਸੀਲੇ ਨਾਲ ਖੁਦਾ ਬਰਕਤ ਦੇਵੇਗਾ, ਹਰ ਬੰਧਨਾਂ ਤੋਂ, ਜੂੜਿਆਂ ਤੋਂ ਆਜ਼ਾਦ ਕਰੇਗਾ। ਸ਼ੁਕਰ ਗੁਜ਼ਾਰਾਂ ਜੀ, ਅਸੀਂ ਇਸ ਟੀਮ ਦੇ ਖੁਦਾ ਨੇ ਇਹਨਾਂ ਨੂੰ ਬਰਕਤ ਦਿੱਤੀ ਅਤੇ ਇਹਨਾਂ ਨੇ ਸਾਡੇ ਕੋਲ ਡਿਸ਼ਾਂ ਲਿਆਂਦੀਆਂ ਵਾ, ਅਤੇ ਅਸੀਂ ਵੀ ਦੇਖ ਕੇ ਖੁਦਾ ਦੇ ਕਲਾਮ ਸੁਣਾਂਗੇ ਅਤੇ ਖੁਦਾ ਸਾਨੂੰ ਵੀ ਬਰਕਤ ਦਊ, ਪੂਰੇ ਘਰ ਸਾਡੇ ਘਰਾਨੇ ਨੂੰ ਔਰ ਬਰਕਤ ਪਾਵਾਂਗੇ ਜੀ। ਬਹੁਤ ਮਿਹਰਬਾਨੀ ਇਸ ਟੀਮ ਦੀ, ਸ਼ੁਕਰੀਆ। ਅਸੀਂ ਸ਼ੁਕਰ ਗੁਜ਼ਾਰਾਂਗੇ ਇਸ ਟੀਮ ਲਈ, ਅਤੇ ਅਸੀਂ ਟੀ ਵੀ ਲਾਵਾਂਗੇ, ਕੰਮ ਕੋਈ ਵੀ ਕੰਮ ਕਰਾਂਗੇ, ਟੀ ਵੀ ਗੀਤ ਸੁਣਾਂਗੇ, ਖੁਦਾ ਦਾ ਕਲਾਮ ਸੁਣਾਂਗੇ, ਬਰਕਤ ਪਾਵਾਂ, ਸਾਡਾ ਸਾਰਾ ਘਰਾਨਾ, ਭੈਣ ਭਰਾ ਜਿੰਨੇ ਵੀ ਆ, ਸਾਰੇ ਬਰਕਤ ਖੁਦਾ ਦੀ ਤਰਫੋਂ ਬਰਕਤ ਪਾਵਾਂਗੇ। ਅਤੇ ਡਿਸ਼ ਲਵਾਈ ਹੈ, ਲਵਾ ਕੇ ਅਸੀਂ ਵੇਖਿਆ ਮਸੀਹ ਚੈਨਲ, ਸਾਨੂੰ ਸਾਡੇ ਬੱਚਿਆਂ ਨੂੰ ਇਸ ਗੱਲ ਦਾ ਜਜ਼ਬਾ ਸਾਨੂੰ ਆਪ ਨੂੰ ਹੋਇਆ ਕਿ ਖੁਦਾਵਨ ਵਿੱਚ ਕਿੰਨੀ ਪਾਵਰ ਔਰ ਕਿੰਨੀ ਬਰਕਤ ਹੈ, ਅਤੇ ਅਸੀਂ ਸ਼ੁਕਰਗੁਜ਼ਾਰ ਹਾਂ ਖੁਦਾ ਦਾ ਕਿ ਖੁਦਾ ਸਾਨੂੰ ਬਰਕਤ ਦੇਵੇ, ਬਰਕਤ ਦਾ ਨਵਾਜ਼ੇ ਸਾਡੇ ਬੱਚਿਆਂ ਨੂੰ, ਸਾਨੂੰ ਵੀ ਜਿਹੜੀਆਂ ਚੀਜ਼ਾਂ ਦੀ ਕਮੀ ਹੈ ਸਾਡੀ ਖੁਦਾ ਪੂਰੀ ਕਰੇ। ਅਤੇ ਬਾਕੀ ਇੱਥੇ ਇੱਕ ਮੁਸਲਮਾਨਾਂ ਦੀ ਸਾਡੇ ਕੋਲ ਆਉਂਦੇ ਵਹਿੰਦੇ ਨੇ ਉਹ ਪ੍ਰੋਗਰਾਮ, ਉਹ ਵੀ ਉਹਨਾਂ ਨੂੰ ਵੀ ਇਸ ਗੱਲ ਦਾ ਜਜ਼ਬਾ ਹੁੰਦਾ, ਮੇਰੀ ਭੈਣ ਬਣੀ ਆ, ਉਹਦਾ ਬੇਟਾ ਹੋ ਕੇ ਫੌਤ ਹੋਇਆ ਵਾ, ਅਤੇ ਉਹਨਾਂ ਨੇ ਪਾਣੀ ਵੀ ਨਾ ਖਲ ਕੇ ਮੈਂ ਦੁਆ ਕਰਕੇ ਤੂੰ ਪਾਣੀ ਇੱਥੋਂ ਦੇਣਾ ਅਤੇ ਮੈਂ ਪੀਵਾਂਗੀ, ਅਤੇ ਉਹਨੂੰ ਉਹਨੇ ਪਾਣੀ ਪੀਤਾ, ਫਿਰ ਖੁਦਾ ਨੇ ਉਹਦੀ ਦੁਬਾਰਾ ਇਸ ਝੋਲੀ ਵਿੱਚ ਖੁਸ਼ੀ ਨਵਾਜ਼ੀ, ਅਤੇ ਖੁਦਾ ਨੇ ਉਹਨੂੰ ਬਰਕਤ ਦਿੱਤੀ ਆ। ਅਸੀਂ ਇਹਨੇ ਹੋਰ ਘਰਾਂ 'ਚ ਵੀ ਇਹ ਕਲਾਮ ਫੈਲੇ, ਹੋਰਨਾਂ ਨੂੰ ਬਰਕਤ ਮਿਲੇ। ਮੁਝੇ ਪਿਲਾਤਾ ਹੈ, ਵੋ ਆਗੇ ਆਗੇ ਚਲਤਾ ਹੈ, ਰਖਵਾਲੀ ਕਰਤਾ ਜਾਤਾ ਹੈ, ਵੋ ਆਗੇ ਆਗੇ ਚਲਤਾ ਹੈ, ਰਖਵਾਲੀ ਕਰਤਾ ਜਾਤਾ ਹੈ, ਯਸੂ ਮੇਰਾ ਚਰਵਾਹਾ, ਮੈਂ ਉਸਕੇ ਗੁਣ ਗਾਤੀ ਹੂੰ, ਛੋਟੀ ਉਸਕੀ ਭੇੜ ਉਸਕੇ ਪਿੱਛੇ ਜਾਤੀ ਹੂੰ। We have reached many small towns and villages and even some very remote areas with satellite dishes for Jesus. The people are learning to praise the Lord and to pray to Almighty God. They are accepting the Lord Jesus as their Savior as they hear the word of God. They are awakening to this new technology and coming to Jesus. We are so thankful to our kind donor Sister Monica to help us to reach more than 200 families and 1,650 souls.
An average family consists of 7 people and a dish system costs US$35. That means it only takes US$5 to save a soul. Pakistan is a country with 220 million people and 97% have never heard the name of our Lord Jesus Christ. Please come forward and sow your seed to reach the maximum souls in Pakistan. God bless you. Thank you, Sister Monica. God bless you. Get up, light me up, the whole world.